कमाल हो गया। ओ मैं खतराना लैन नहीं आया, तुहाडी भैन नुकसाना लैन आया। ओ भाई कौन भाई रिश्ता लिखा रिश्ता। और तू बच्चा है ले आ देखा। ओए एक मिनट, तेनू कह रही मैं ठीक है यार, तेनू समझ नहीं आ रही। मैं 20 साल दा वो मैं और कौन मानेगा पागल है, तू अले बच्चा है, तेरी शादी दी उम्र ही नहीं हैगी। तेनू नहीं यकीन? नहीं यकीन। आ दे एक आधा यकीन है, मैं तेरे गोडे वेखने ने सालिया। ओ यार 5 मिनट तो देख, मैं तेनू दसा मैं बच्चा नहीं है। तू है बच्चा बिल्कुल, कौन यार देख तो सही यार, तेनू की हो गया यार? थल्ले करके मैनू वैसे ही यकीन है तू बच्चा है। अखबार देखो ना, खबर नहीं लगी। हाँ। रिश्ते की खबर दिती है, मैं खबर पढ़ के समझ हसी जाना यार। अगर टोपी वाला बुरखा पहन कर नाचती मौलाना फजल रहमान। यार खबर लान दी है भला मेनू यार, अजीब अजीब खबर लिखी। आ देख यार, बिना मलक की बदनामी को तस्लीम करते हैं, बरादरी बेल पर साथ देंगे रहमान मलक। यार है ना खबर लाना लिया यार, तो यार ये के ये खबर लगी है ना। आ देख आ देख, टिश्यू पेपर तो कुत्ते की तस्वीर आई है। ओ कुत्ते की नहीं, मोदी की है। वही तो कुत्ता है। पाकिस्तानी अपना पानी भी तेरे अलग कटांगे। बगैर का बच्चा कहना मैं कश्मीर नहीं देना, तो कश्मीर भी देगा, हमशीर भी देगा। कहना कश्मीर नहीं देना। हाँ। पानी दी टोई होवे कश्मीर असी ले लेना, भावे दुश्मन कोई होवे। पानी दी टोई होवे ए नहीं हटदा, भावे कुत्ते वाली होई आवे। ओए काटे ने बाल काट, तुसी अपनी चले पै गए यार। मेरे नौकर दी बेइज्जती करा खड़ा इत्थे, बंदा बच्चा ना होवे ता रिश्ते वास्ते आया है। अरे चल ठीक है, पहले इनाम दे दे। ਤੁਸੀਂ ਦੇਣੀ ਐ ਅਸੀਂ ਤੇ ਲੈਣ ਆਏ ਆ ਯਾਰ, ਸਾਡੇ ਕੋਲ ਗਿਣ ਕੇ ਤਾਂ ਦੇਵਣੀ ਤਾਂ ਅੱਗਾ ਹੀ ਹੈ ਨਾ। ਬਹਿ ਜਾਓ ਸ਼ਦਾ ਦਿਓ, ਬਹਿ ਜਾਓ, ਜਿਹੜੀ ਮਰਜ਼ੀ ਤੇ ਬਹਿ ਜਾਓ, ਜਾਣੀਆਂ ਤਾਂ ਦੋ ਸਕ ਚੀ ਆ ਸਾਰੀਆਂ। चलो कोई नी, कौमी खेल है साडा पाकिस्तानी दा, रन मुरीदी। हां आ को मैं बुड्ढे बच्चे।
ਕਾਰੀਗਰ ਹੈ ਜਿਹਨੇ ਤੁਹਾਨੂੰ ਵਿਆਹ ਕਰਕੇ ਤੇ ਸਾਰਾ ਕੁਝ ਕਰਨਾ ਹੈ। ਅੱਛਾ ਐਓ ਕੁੜੀ ਜਿੰਨਾ ਮੈਂ ਟਾਪਾ ਖੋਲਣਾ ਹੈ। ਉਹ ਟਾਪਾ ਨਹੀਂ ਉਹ ਵਿਆਹ ਕਰਨਾ ਹੈ ਇਹਦੇ ਨਾਲ। ਮੈਂ ਕਾਰੀਗਰ ਹਾਂ ਜੀ ਟਾਪਾ ਖੋਲਣਾ। ਕੰਮ ਵਾਲੀ ਜਗ੍ਹਾ ਤੇ ਖੜੀ ਸੱਚੀ ਦੱਸੀ ਪਹਿਲੇ ਖੁੱਲਿਆ ਤੇ ਨਹੀਂ। ਪਾਕਿਸਤਾਨੀਆਂ ਧੋਖਾ ਬਹੁਤ ਹੁੰਦਾ ਸਾਡੇ ਨਾਲ। ਹਾਂ ਵੀ ਕਾਕਾ ਇਹਦੇ ਨਾਲ ਤੇਰਾ ਵਿਆਹ ਹੋਣਾ। ਤੁਹਾਡੇ ਨਾਲ ਮੇਰੀ ਸ਼ਾਦੀ ਹੋਣ ਲੱਗੀ ਆ। ਆਪਣੇ ਕੁੜੀ ਕੋਲੋਂ ਸ਼ਰਤਾਂ ਪੁੱਛ ਲੈ, ਕੋਈ ਡਿਮਾਂਡ ਹੋਵੇ ਤਾਂ। ਆ ਜਿਹੜੀਆਂ ਸ਼ਰਤਾਂ ਨੇ ਪਹਿਲੇ ਦੱਸ ਦਿਓ, ਤੋਂ ਇਹ ਪਿੱਛੇ ਹੋ ਕੇ ਤੇਰੇ ਰਸਤਾ ਦੇਖਣਾ ਗਿਆ ਮੈਂ ਤੇ ਸ਼ਾਦੀ ਕਿਉਂ ਕਰਾਂ। ਕਿਹੜਾ ਕਦ ਐਲ ਯਾਰ, ਇਹ ਵੀ ਮੈਨੂੰ ਬੱਚਾ ਸਮਰੀ ਐ ਬਣਾ ਯਾਰ। ਇਹਨੂੰ ਸਮਝਾ ਯਾਰ ਮੈਂ ਬੱਚਾ ਨਹੀਂ ਹੈ ਯਾਰ। ਸਾਨੂੰ ਯਕੀਨ ਹੈ ਉਹਨੂੰ ਵੀ ਆ ਜਾਏਗਾ, ਲੇਕਿਨ ਹੋ ਸਕਦਾ ਉਹਦੀ ਕੋਈ ਹੋਰ ਡਿਮਾਂਡ ਹੋਵੇ। ਆ ਡਿਮਾਂਡ ਕਰੇ ਨਾ ਯਾਰ, ਬੱਚਾ ਤੇ ਨਾ ਕਵੇ ਯਾਰ। ਉਹ ਚਾਹੀਦਾ, ਉਹਨੂੰ ਚਾਹੀਦਾ ਹੋਵੇ ਉੱਚਾ ਲੰਮਾ ਕੋਈ ਗੈਰਤਮੰਦ ਆਦਮੀ ਚਾਹੀਦਾ ਹੋਵੇ। ਕਿਹੋ ਜਿਹਾ ਖਾਵਾ ਚਾਹੀਦਾ? ਗੈਰਤਮੰਦ। ਗੈਰਤਮੰਦ ਆਹੋ ਜਿਹੜੀ ਮੇਰੀ ਇੱਜ਼ਤ ਕਰੇ। ਗੈਰਤਮੰਦ ਨਾਲ ਸ਼ਾਦੀ ਕਰ ਲਾ, ਲੇਕਿਨ ਮੇਰਾ ਵੀ ਤਜਰਬਾ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ। ਉਹ ਕਹਿੰਦੀ ਗੈਰਤਮੰਦ ਹੋਵੇ ਬੰਦਾ। ਮੇਰੀ ਗੱਲ ਪਤਾ ਕੀ ਹੈ, ਮੈਂ ਨਵੀਂ ਨਵੀਂ ਜਵਾਨੀ ਚੜੀ ਆ, ਮੈਨੂੰ ਕੀ ਪਤਾ ਇਹਨੂੰ ਕਿੰਜੀ ਯਕੀਨ ਦਵਾਣਾ ਗੈਰਤ ਦਾ। ਇਹ ਤੇ ਕੋਈ ਮਸਲਾ ਨਹੀਂ ਹੈ, ਤੈਨੂੰ ਮੈਂ ਦੱਸ ਦੇਣਾ ਕਿੰਜੀ ਯਕੀਨ ਦਵਾਵਾਂ। ਇਧਰ ਆਓ ਜੀ ਮੈਡਮ, ਤੁਸੀਂ ਹੁਣ ਤੁਹਾਡਾ ਵਿਆਹ ਹੋਏਗਾ, ਸਮਝੋ ਈਜ਼ੀ ਹੋ ਗਿਆ, ਬੰਦਾ ਲੱਭ ਗਿਆ ਤੁਹਾਨੂੰ। ਇੱਥੇ ਬੈਠੋ, ਇਹ ਫਰਜ਼ ਕਰਨਾ ਕਿ ਤੇਰੀ ਬੀਵੀ ਹੈ। ਅੱਛਾ, ਤੂੰ ਦਫ਼ਤਰ ਕੰਮ ਤੇ ਗਿਆ, ਤੂੰ ਵਾਪਸ ਆਇਆ, ਤੇਰੀ ਬੀਵੀ ਨਾਲ ਇੱਕ ਬੰਦਾ ਗੈਰ ਗੱਲਾਂ ਕਰ ਰਿਹਾ ਬੈਠਾ। ਅੱਛਾ, ਪਿਆਰ ਦੀਆਂ ਤੇ ਤੇਰੀ ਗੈਰਤ ਤੈਨੂੰ ਆਪ ਹੀ ਪਤਾ ਲੱਗ ਜਾਏਗਾ ਗੈਰਤ ਕਿੱਦਾਂ। ਵਾਹ 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 ਵਾਹ। ਅੱਛਾ ਮੈਂ ਤਾਂ ਉੱਤੇ ਗੈਰ ਬੰਦਾ ਕਿੱਥੇ ਆ? ਇਹ ਖੜਾ ਓ ਯਾਰ, ਤੂੰ ਤਾਂ ਵਾਕਾ ਬੋਕੂ ਗੈਰ ਬੰਦਾ ਵਾ ਯਾਰ। ਤੂੰ ਇੱਥੋਂ ਨਹੀਂ ਬੜੇ ਤਿਆਰ ਹੋ ਜਾਣੇ, ਫਿਰ ਤੈਨੂੰ ਬੁੱਢੀ ਨਹੀਂ ਲੱਭਣੀ ਯਾਰ। ਉਹ ਕਿਤੇ ਤਕਲੀਫ ਕਰਾਂਗੇ ਤੂੰ ਬੱਚੀ ਨੂੰ ਥੱਲੇ ਛੱਡ ਦੇ। ਗੈਰਤਮੰਦ ਜਿਹੜਾ ਆਪਣੇ ਹੱਥੀ ਛੱਡ ਕੇ ਗਿਆ, ਇਹਨੂੰ ਗੈਰਤ ਨੀ ਆਣੀ, ਇਹ ਛੋਟਾ ਜਿਹਾ ਹੈਗਾ, ਕਿੱਥੋਂ ਆਣੀ ਹਲੇ। ਬੜੇ ਪਿਆਰੇ ਲੱਗ ਰਹੇ ਤੁਸੀਂ, ਤੁਹਾਡੇ ਵਾਲ ਬੜੇ ਪਿਆਰੇ ਨੇ, ਐਵੇਂ ਲੱਗਦਾ ਜਿਵੇਂ ਛੱਲੀ ਪੁੱਠੀ ਪੁੱਟੀ ਹੁੰਦੀ ਹੈ। ਤੂੰ ਘਰ ਦੇ ਵਿੱਚ ਇੱਕ ਗੈਰ ਬੰਦੇ ਨਾਲ ਰੰਗ ਰਲੀਆਂ ਮਨਾ ਰਹੀ ਹੈ, ਜਦ ਅੰਦਰ ਜਗ੍ਹਾ ਬਣੀ ਹੈ ਬਾਹਰ ਕਿਉਂ ਬੈਠੀ ਹੈ ਯਾਰ? ਗੈਰਤ ਦਿਖਾਣੀ ਹੈ ਗੈਰਤ। ਓ ਯਾਰ, ਆਖੇ ਤਾਂ ਬਗੈਰਤੀ ਵਾਲੇ ਕੰਮ ਨੇ। ਓ ਯਾਰ, ਆਖਰੀ ਗੱਲ ਗਲਤ ਕਰ ਗਿਆ ਯਾਰ। ਫਿਲਮਾਂ ਵੇਖੀਆਂ? ਫਿਲਮਾਂ ਵੇਖੀਆਂ। ਜਿਵੇਂ ਸੁਲਤਾਨੀ ਆਂਦਾ ਨਾ ਗੈਰਤ ਨਾਲ, ਤੇਰੇ ਸੁਣਾ ਇਹ ਗੈਰਤ ਹੈ। ਓਕੇ ਹੋ ਗਿਆ, ਹੁਣ ਦੇਖੀ ਮੈਂ ਸਹੀ ਗੈਰਤ ਕਰਾਂਗਾ। ਲੱਗਦਾ ਨਹੀਂ ਮੈਨੂੰ। ਓ ਕਰੇਗਾ ਯਾਰ, ਤੁਸੀਂ ਪਹਿਲੇ ਨਾ ਨਾ ਜ਼ੇਨ ਬਣਾ ਲਿਆ ਕਰੋ ਯਾਰ। ਅਮਾਨਤ ਰੱਖ ਦਿਓ। ਮੈਂ 10 ਮਿੰਟ ਦਫ਼ਤਰ ਚ ਲੇਟ ਹੋਇਆ, ਤੂੰ ਗੈਰ ਬੰਦੇ ਨਾਲ ਕਰਜ਼ ਪਾ ਕੇ ਰੰਗ ਰਲੀਆਂ ਮਨਾ ਰਹੀ ਹੈ, ਇੱਕੋ ਸਾਲ ਚ ਦੱਸ ਦੇ ਪੈਸੇ ਲੈ ਕੇ ਨਹੀਂ। ਪੈਸੇ ਕਿੱਥੋਂ ਆ ਗਏ? ਇਹ ਕਿਹੜਾ ਗੈਰਤਮੰਦ ਖਾਵਾਂ ਦੇ ਜਿਹੜਾ ਦਫ਼ਤਰ ਤੋਂ ਆ ਕੇ ਪੈਸੇ ਮੰਗਣ ਨੇ ਆ? ਓਏ ਆਹੋ ਯਾਰ, ਹੁਣ ਓਏ ਇਸ ਤਰ੍ਹਾਂ ਨਹੀਂ ਹੁੰਦੀ ਗੈਰਤ, ਜੋ ਕਰਨਾ ਸੀ ਉਹ ਤਾਂ ਕਰ ਲਿਆ, ਹੁਣ ਪੈਸੇ ਵੀ ਨਾ ਮੰਗਾ। ਜਦ ਪਤਾ ਵੀ ਬਗੈਰ ਤੇ ਤੁਸੀਂ ਮੱਲੀ ਬੈਠੇ ਹੋ। ਤੈਨੂੰ ਤਰੀਕਾ ਮੈਂ ਦੱਸਣਾ। ਅੱਛਾ, ਇਹ ਮੇਰੀ ਬੀਵੀ ਹੈ। ਅੱਛਾ, ਤੂੰ ਗੈਰ ਬੰਦਾ ਹੈ ਤੇ ਕੋਲ ਬੈਠਾ, ਮੈਂ ਆਵਾਂ ਨਾ ਜਿਵੇਂ ਦਫ਼ਤਰੋਂ? ਹਾਂ, ਗੈਰਤ ਜਗਾਵਾਂਗਾ, ਉਸ ਤਰ੍ਹਾਂ ਗੈਰਤ ਜਗਾਣੀ ਆ। ਵੈਸੇ ਇਸ ਸਿਰ ਨਾਲ ਬਣਦੀ ਨਹੀਂ, ਤੂੰ ਬੈਠ ਨਾ ਇਹਦੇ ਕੋਲ। ਅੱਛਾ, ਹੁਣ ਮੈਂ ਇਹਦੇ ਨਾਲ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ। ਹਾਂ, ਪਿਆਰ ਦੀਆਂ ਗੱਲਾਂ ਕਰਦਾ ਰਹਾ ਜਨਾਬ। ਤੁਹਾਡੀ ਮੇਰੀ ਹੋਣੀ ਸ਼ਾਦੀ। ਤੋ ਸ਼ਾਦੀ ਕੇ ਬਾਅਦ ਕਿੱਧਰ ਲੈ ਕੇ ਜਾਓਗੇ? ਜਿੱਥੋਂ ਫੋਨ ਆਇਆ। ਮਤਲਬ ਜਿੱਧਰੋਂ ਦਾਵਤ ਆਈ ਉੱਧਰ ਜਾਵਾਂਗੇ, ਆਪਣੀ ਮਰਜ਼ੀ ਨਾਲ ਜਾਓ ਨਾ ਤੇ ਅੱਛਾ ਨਹੀਂ ਲੱਗਦਾ। ਚੱਲ ਤੇਰਾ ਭਰਾ ਬੁਲਾ ਰਹੇ ਜਾ। ਅੰਨੀ ਜਿਹਾ ਤੁਹਾਡੇ ਕੋਲ ਤਾਂ ਮੈਂ ਲੈ ਕੇ ਗਿਆ ਨਦੀ ਜਾ। ਗੱਲ ਪਤਾ ਕੀ ਹੈ, ਸਾਡੇ ਸਰੈਕੀਆਂ ਦੀ ਇੱਕ ਗੇਮ ਹੈ, ਅਗਰ ਤੁਸੀਂ ਕਹੋ ਤਾਂ ਖੇਡੀਏ। ਕਿਹੜੀ? ਮੁਕਾਲਾ ਮੱਲੂ। ਸਮੀਨਾ, ਇਹ ਪਿਆਰੀ ਤੁਸੀਂ ਕੇਸ, ਮੈਂ ਦਫ਼ਤਰ ਕੰਮ ਤੇ ਗਿਆ, ਤੂੰ ਘਰ ਦੇ ਵਿੱਚ ਗੈਰ ਬੰਦਾ ਵਾੜ ਲਿਆ, ਤੈਨੂੰ ਸ਼ਰਮ ਨਹੀਂ ਆਈ? ਤੂੰ ਔਰਤ ਸਾਥ ਦੇਣਾ, ਤੇਰੇ ਨਾਲ ਤੇ ਮੈਂ ਬਾਅਦ ਚ ਨਿਬੜਾਂਗਾ।
तू ते मेरा यार छे बगैरता यार दे हक ते डाका मारे यार दे हक ते यार दे इस तरह जागदी है गैरा इस तरह गैरा जागदी है जी मैं हुने आया किधर तेनू पता लग गया ना बस ओके ओके ना 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 तेरी बहन वाली कुड़ी दे बैठ थे ਇੰਜਨੇ ਕਰ ਮੈਂ ਤੈਨੂੰ ਹੁਣ ਦੱਸਾਂਗਾ ਗੈਰਤ ਆਉਂਦੀ ਕਿੰਜ ਬਾਹਰ ਤੇ ਤੈਨੂੰ ਪਤਾ ਲੱਗ ਗਿਆ ਨਾ ਬਾ ਮੈਨੂੰ ਸਹੀ ਨਹੀਂ ਪਤਾ ਲੱਗਾ ਬਾਹਰ ਤੇ ਤੇਰੀ ਭੈਣ ਤੇਰੀ ਨੂੰ ਤੂੰ ਕਿੱਧਰ ਮੈਂ ਦਫ਼ਤਰ ਚੱਲਾਂ ਛੁੱਟੀ ਏ ਮੈਂ ਓਵਰ ਟਾਈਮ ਲਾਵਾਂਗਾ ਬਾਹਰ ਤੇ ਮੌਸਮ ਖਰਾਬ ਹੈ ਬਾਹਰ ਬਾਰਿਸ਼ ਹੋ ਰਹੀ ਹੈ ਕੋਈ ਨਹੀਂ ਮੈਂ ਕਿਹੜੇ ਪਕੌੜੇ ਲਾਉਣੇ ਦਫ਼ਤਰ ਦੇ ਅੰਦਰ ਹੀ ਜਾਣਾ ਬਾਹਰ ਤੇ ਜੈਨੂ ਆਰਾਮ ਨਾਲ ਬੈ ਭੈਣ ਮੇਰੀ ਏ ਸੋਨੇ ਮੇਰੇ ਕੋਲ ਤਾਂ ਦੇਖੋ ਨਹੀਂ ਮੈਨੂੰ ਪਤਾ ਨਾ ਉਧਰੋਂ ਬਹੁਤ ਬੁਰਾ ਹਾਲ ਹੋਣਾ ਅੱਜ ਆਪ ਦੀ ਸ਼ਾਦੀ ਬਾਤ ਕਰ ਲੈ ਕੇ ਜਾਓ ਰਾਇਵਨ ਰਾਇਵਨ ਮੈਨੂੰ ਨਹੀਂ ਪਤਾ ਅਮੀਨਾ ਹਾਂਜੀ ਐ ਬਈ ਤੁਸੀਂ ਕੇ ਮੈਂ 10 ਮਿੰਟ ਦਫ਼ਤਰ 'ਚ ਲੇਟ ਕੀ ਹੋਇਆ ਤੂੰ ਘਰ ਦੇ ਵਿੱਚ ਇੱਕ ਗੈਰ ਬੰਦੇ ਨਾਲ ਰੰਗ ਰਲੀਆਂ ਮਨਾ ਰਹੀ ਏ ਤੂੰ ਤਿਆਰ ਆ ਜ਼ਿਆਦਾ ਤੈਨੂੰ ਮੈਂ ਬਾਅਦ 'ਚ ਪੁੱਛ ਲਾਂਗਾ ਤੂੰ ਦੱਸ ਯਾਰ ਮਾਰਾ ਇੱਕ ਮਿੰਟ ਇਹ ਤੇਰੀ ਕੀ ਲੱਗਦੀ ਹੈ ਇਹ ਮੇਰੀ ਬੀਵੀ ਹੈ ਤੇ ਮੇਰੀ ਕੀ ਲੱਗੀ ਤੇਰੀ ਭਰਜਾਈ ਹੈ ਛੋਟੀ ਓਏ ਦਿਓਰ ਭਰਜਾਈ ਦਾ ਰਿਸ਼ਤਾ ਕੀ ਹੁੰਦਾ ਹੈ ਭੈਣ ਭਰਾਵਾਂ ਵਾਲਾ ਛੋਟੀ ਭਰਜਾਈ ਹੈ ਉਹ ਭੈਣ ਭਰਾ ਦੇ ਪਾਕ ਰਿਸ਼ਤੇ ਤੇ ਸ਼ੱਕ ਕਰਨੇ ਆ ਬਗੈਰ ਤਾਂ ਤੇਰੀ ਭੈਣ ਨੂੰ ਮੈਂ ਬਗਾਲਾ ਦੀ ਚੰਗਾ ਹੋਏ